ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਤੋ ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 13 ਮਾਰਚ 2024 ਦਿਨ ਬੁੱਧਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਤਾਂ ਦੋਸਤੋ, ਅੱਜ ਆਪਾਂ 13 ਮਾਰਚ 2024 ਦਿਨ ਬੁੱਧਵਾਰ ਨੂੰ 12 ਜਗ੍ਹਾ ਬਾਰੇ ਦੱਸਾਂਗੇ ਜਿੱਥੇ ਅੱਜ ਕਬੱਡੀ ਦੇ ਮੈਚ ਹੋ ਰਹੇ ਆ, ਅਤੇ ਸਾਰੇ ਲਗਭਗ ਬਹੁਤ ਵਧੀਆ ਕਬੱਡੀ ਦੇ ਟੂਰਨਾਮੈਂਟ ਹੋ ਰਹੇ ਆ ਅੱਜ। ਇਸ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਅੱਜ ਦੋਸਤੋ ਕਬੱਡੀ ਦੇ ਮੈਚ ਕਰਵਾਏ ਜਾਣਗੇ ਕਰਾਚੋ, ਜ਼ਿਲ੍ਹਾ ਹੋਵੇਗਾ ਸੰਗਰੂਰ। ਇੱਥੇ ਅੱਜ ਕਬੱਡੀ 45 ਕਿੱਲੋ ਅਤੇ ਕਬੱਡੀ 52 ਕਿੱਲੋ ਦੇ ਮੈਚ ਕਰਵਾਏ ਜਾਣਗੇ। ਵਜਨੀ ਕਬੱਡੀ ਦੇ ਇੱਥੇ ਅੱਜ ਮੈਚ ਕਰਵਾਏ ਜਾਣਗੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਸਰਸਾ ਹਰਿਆਣੇ ਦੇ ਵਿੱਚ। ਇੱਥੇ ਅੱਜ ਦੋਸਤੋ 4 ਕਲੱਬਾਂ ਖੇਡਣਗੀਆਂ। ਪਹਿਲਾ ਇਨਾਮ ਹੋਵੇਗਾ 2 ਲੱਖ ਰੁਪਏ, ਦੂਜਾ ਇਨਾਮ ਹੋਵੇਗਾ 1.5 ਲੱਖ ਰੁਪਏ ਅਤੇ ਲਾਈਵ ਚੱਲੇਗਾ ਕਬੱਡੀ ਆਸਟ੍ਰੇਲੀਆ ਲਾਈਵ ਦੇ ਜ਼ਰੀਏ। ਬੈਸਟ ਰੇਡਰ ਅਤੇ ਜਾਫੀ ਨੂੰ 51,000 ਰੁਪਏ ਹੋਣਗੇ ਅਤੇ ਸਿਰਫ 4 ਬੁੱਕ ਕੀਤੀਆਂ ਹੋਈਆਂ ਕਬੱਡੀ ਕਲੱਬਾਂ ਹੋਣਗੀਆਂ ਅਤੇ ਪਹਿਲੀ ਟੀਮ ਹੋਵੇਗੀ ਮਾਝਾ, ਦੂਜੀ ਟੀਮ ਹੋਵੇਗੀ ਦੁਆਬੇ ਦੀ, ਤੀਜੀ ਹੋਵੇਗੀ ਮਾਲਵੇ ਦੀ ਅਤੇ ਚੌਥੀ ਹੋਵੇਗੀ ਹਰਿਆਣੇ ਦੀ। ਹਾਂਜੀ ਦੋਸਤੋ, ਮਾਝਾ, ਦੁਆਬਾ, ਮਾਲਵਾ ਅਤੇ ਹਰਿਆਣੇ ਦੀਆਂ ਟੀਮਾਂ ਖੇਡਣਗੀਆਂ। ਬਹੁਤ ਵਧੀਆ ਇਨਾਮ ਇੱਥੇ ਰੱਖਿਆ ਗਿਆ, ਪਹਿਲਾ 2 ਲੱਖ, ਦੂਜਾ 1.5 ਲੱਖ, ਬੈਸਟਾਂ ਨੂੰ 51,000 ਸਰਸਾ ਹਰਿਆਣੇ ਦੇ ਵਿੱਚ ਲਾਈਵ ਕਬੱਡੀ ਆਸਟ੍ਰੇਲੀਆ ਲਾਈਵ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਹੋਣਗੇ ਥਰਾਜ, ਜ਼ਿਲ੍ਹਾ ਹੋਵੇਗਾ ਮੋਗਾ। ਇੱਥੇ ਕਬੱਡੀ ਆਲ ਓਪਨ ਦੀਆਂ ਸੱਦੇ ਪੱਤਰ ਵਾਲੀਆਂ ਕਲੱਬਾਂ ਖੇਡਣਗੀਆਂ। ਪਹਿਲਾ ਇਨਾਮ 1 ਲੱਖ ਆ, ਦੂਜਾ ਇਨਾਮ 75,000 ਆ ਅਤੇ ਬੈਸਟਾਂ ਨੂੰ 41,000 ਰੁਪਏ ਆ। ਅਤੇ ਕਬੱਡੀ ਓਪਨ ਰੋਲ ਦੇ ਮੈਚ ਹੋਣਗੇ, ਪਹਿਲਾ ਇਨਾਮ 31,000, ਦੂਜਾ ਇਨਾਮ 21,000, ਬੈਸਟਾਂ ਨੂੰ 51,500 ਅਤੇ ਲਾਈਵ ਚੱਲੇਗਾ ਪੰਜਾਬ live1.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ, ਪਿੰਡ ਹੋਵੇਗਾ ਖੂਹੀਆਂ ਵਾਲੀ, ਜ਼ਿਲ੍ਹਾ ਮਾਨਸਾ। ਅਤੇ ਇੱਥੇ ਅੱਜ ਵਜਨੀ ਕਬੱਡੀ ਦੇ ਮੈਚ ਆ, ਕਬੱਡੀ 55 ਕਿੱਲੋ ਅਤੇ ਕਬੱਡੀ 65 ਕਿੱਲੋ ਵਿੱਚ। 55 ਕਿੱਲੋ ਵਿੱਚ 1 ਖਿਡਾਰੀ ਬਾਹਰੋਂ ਅਤੇ 65 ਵਿੱਚ ਵੀ 1 ਖਿਡਾਰੀ ਬਾਹਰੋਂ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਮੈਚ ਕਰਵਾਏ ਜਾਣਗੇ ਹਰਿਆਣੇ ਦੇ ਵਿੱਚ, ਪਿੰਡ ਹੋਵੇਗਾ ਮਤੌੜਾ, ਜ਼ਿਲ੍ਹਾ ਹੋਵੇਗਾ ਪਾਣੀਪਤ। ਇੱਥੇ ਵੀ ਅੱਜ ਦੋਸਤੋ ਕਬੱਡੀ ਓਪਨ ਦੇ ਮੈਚ ਆ, ਪਹਿਲਾ ਇਨਾਮ 81,000 ਆ, ਦੂਜਾ ਇਨਾਮ 51,000 ਆ, ਤੀਜਾ ਇਨਾਮ 31,000 ਰੁਪਏ ਆ। ਬੈਸਟ ਰੇਡਰ ਤਾਂ ਜਾਫੀ ਨੂੰ 21,000 ਰੁਪਏ ਹੋਣਗੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਮੈਚ ਕਰਵਾਏ ਜਾਣਗੇ ਪਿੰਡ ਮਾਹੇੜੂ ਨਕੋਦਰ ਦੇ ਵਿੱਚ। ਇੱਥੇ ਅੱਜ ਕਬੱਡੀ 65 ਕਿੱਲੋ ਨਰੋਲ ਪਿੰਡ ਪੱਧਰ ਦੀਆਂ 4 ਟੀਮਾਂ ਦੇ ਮੈਚ ਹੋਣਗੇ। 70 ਕਿੱਲੋ ਕਬੱਡੀ ਦਾ 100 ਮੈਚ ਕਰਵਾਇਆ ਜਾਵੇਗਾ ਅਤੇ ਕਬੱਡੀ ਓਪਨ ਪਿੰਡ ਪੱਧਰ 4 ਖਿਡਾਰੀ ਦੇ ਬਾਹਰੋਂ ਮੈਚ ਹੋਣਗੇ। ਪਹਿਲਾ ਇਨਾਮ 1 ਲੱਖ ਆ, ਦੂਜਾ ਇਨਾਮ 75,000 ਆ, ਬੈਸਟ ਰੇਡਰ ਤਾਂ ਜਾਫੀ ਨੂੰ 41,000 ਰੁਪਏ ਆ। ਲਾਈਵ ਚੱਲੇਗਾ ਕਬੱਡੀ 365.com ਦੇ ਜ਼ਰੀਏ ਕਬੱਡੀ ਓਪਨ ਪਿੰਡ ਪੱਧਰ 4 ਖਿਡਾਰੀ ਬਾਹਰੋਂ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਪਿੰਡ ਮਾਜਰਾ ਰਾਜਾ ਸਾਹਿਬ। ਇੱਥੇ ਅੱਜ ਜਿਹੜੇ ਮੈਚ ਹੋ ਰਹੇ ਆ ਇਹ 8 ਸੱਦੇ ਪੱਤਰ ਵਾਲੀਆਂ ਕਲੱਬਾਂ ਦੇ ਕਰਵਾਏ ਜਾਣਗੇ। ਪਹਿਲਾ ਇਨਾਮ 1,25,000 ਆ, ਦੂਜਾ ਇਨਾਮ 1 ਲੱਖ ਰੁਪਏ ਆ, ਬੈਸਟ ਰੇਡਰ ਤਾਂ ਜਾਫੀ ਨੂੰ 51,000 ਰੁਪਏ ਆ।
ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਪਿੰਡ ਬਾਡੀ ਜ਼ਿਲ੍ਹਾ ਬਠਿੰਡਾ ਦੇ ਵਿੱਚ। ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ 3 ਖਿਡਾਰੀ ਬਾਹਰੋਂ ਆ, ਪਹਿਲਾ ਇਨਾਮ 41,000, ਦੂਜਾ ਇਨਾਮ 31,000 ਅਤੇ ਕਬੱਡੀ 70 ਕਿਲੋ ਦੇ ਮੈਚ ਵੀ ਹੋਣਗੇ 1 ਖਿਡਾਰੀ ਬਾਹਰੋਂ। ਲੰਬੀ ਅਤੇ ਸੰਗਤ ਬਲਾਕ ਦੇ ਮੈਚ ਕਰਵਾਏ ਜਾਣਗੇ ਅਤੇ ਬੈਸਟਰ ਨੂੰ 7 ਵਾਲੇ ਪੱਖੇ ਹੋਣਗੇ ਅਤੇ ਓਪਨ ਦੇ ਬੈਸਟਰ ਨੂੰ ਵਾਸ਼ਿੰਗ ਮਸ਼ੀਨ ਹੋਵੇਗੀ, ਲਾਈਵ ਚੱਲੇਗਾ ਕਬੱਡੀ TV ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ। ਇੱਥੇ ਅੱਜ ਸੱਦੀਆਂ ਹੋਈਆਂ 8 ਟੀਮਾਂ ਦੇ ਮੈਚ ਹੋਣਗੇ ਅਤੇ ਪਹਿਲਾ ਇਨਾਮ 1,00,000 ਆ, ਦੂਜਾ ਇਨਾਮ 71,000 ਆ ਅਤੇ ਬੈਸਟ ਰੇਡਰ ਤੇ ਜਾਫੀ ਨੂੰ 31,000 ਰੁਪਏ ਆ। ਲਾਈਵ ਚੱਲੇਗਾ ਕਬੱਡੀ ਜੈਕਸਨ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਮੈਚ ਕਰਵਾਏ ਜਾਣਗੇ ਮੁਦਕੀ ਜ਼ਿਲ੍ਹਾ ਫਿਰੋਜ਼ਪੁਰ। ਇੱਥੇ ਅੱਜ ਕਬੱਡੀ 48 ਅਤੇ 75 ਦੇ ਮੈਚ ਕਰਵਾਏ ਜਾਣਗੇ। 75 ਵਿੱਚ 2 ਖਿਡਾਰੀ ਬਾਹਰੋਂ ਆ, ਪਹਿਲਾ ਇਨਾਮ 15,000 ਆ, ਦੂਜਾ ਇਨਾਮ 12,000 ਆ ਅਤੇ 48 ਕਿਲੋ ਨਰੋਲ ਦੇ ਮੈਚ ਆ ਅਤੇ ਲਾਈਵ ਚੱਲੇਗਾ ਕਬੱਡੀ 4K ਜੈਕਸਨ ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ ਇਹ ਕਰਵਾਏ ਜਾਣਗੇ ਚਾਂਦਪੁਰਾ ਫਤਿਹਾਬਾਦ ਦੇ ਵਿੱਚ। ਇੱਥੇ ਕਬੱਡੀ ਓਪਨ ਦੇ ਮੈਚ ਹੋਣਗੇ 3 ਖਿਡਾਰੀ ਬਾਹਰੋਂ, ਪਹਿਲਾ ਇਨਾਮ 1,00,000 ਆ, ਦੂਜਾ ਇਨਾਮ 75,000 ਆ, ਬੈਸਟ ਰੇਡਰ ਤਾਂ ਜਾਫੀ ਨੂੰ 4,700 ਟਰੈਕਟਰ ਹੋਣਗੇ ਅਤੇ ਲਾਈਵ ਚੱਲੇਗਾ 1, 2, 3, 11 ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ ਇਹ ਕਰਵਾਏ ਜਾਣਗੇ ਬੱਲਰਾਂ ਅਤੇ ਇੱਥੇ ਅੱਜ ਵਜਨੀ ਕਬੱਡੀ ਦੇ ਮੈਚ ਆ, ਕਬੱਡੀ 37 ਕਿਲੋ 1 ਖਿਡਾਰੀ ਬਾਹਰੋਂ ਅਤੇ ਕਬੱਡੀ 47 ਕਿਲੋ 1 ਖਿਡਾਰੀ ਬਾਹਰੋਂ ਦੇ ਮੈਚ ਹੋਣਗੇ ਅੱਜ। ਤਾਂ ਇਹ ਸੀ ਅੱਜ ਹੋਣ ਵਾਲੇ ਵੱਖ ਵੱਖ ਜਗ੍ਹਾ 'ਤੇ ਕਬੱਡੀ ਦੇ ਮੈਚ।